ਹਲਕਾ ਜੀਰਾ ਦੇ ਲੋਕਾਂ ਦੀ ਪੁਰਾਣੀ ਮੰਗ ਉਸ ਵੇਲੇ ਪੂਰੀ ਹੋ ਗਈ ਜਦੋਂ ਕੈਬਨਿਟ ਮੰਤਰੀ ਸਰਦਾਰ ਨਵਜੋਤ ਸਿੰਘ ਸਿੱਧੂ ਵੱਲੋਂ ਜ਼ੀਰਾ ਨਗਰ ਕੌਂਸਲ ਨੂੰ ਫਾਇਰ ਬ੍ਰਿਗੇਡ ਦੀ ਗੱਡੀ ਦੇ ਦਿੱਤੀ ਗਈ। ਜ਼ਿਕਰਯੋਗ ਹੈ ਕਿ ਤਹਿਸੀਲ ਜ਼ੀਰਾ ਵਿਖੇ ਕੋਈ ਵੀ ਫਾਇਰ ਬ੍ਰਿਗੇਡ ਦੀ ਗੱਡੀ ਨਹੀਂ ਸੀ ਅਤੇ ਜਦੋਂ ਵੀ ਕੋਈ ਅੱਗ ਲੱਗਣ ਦੀ ਘਟਨਾ ਵਾਪਰਦੀ ਸੀ ਤਾਂ ਫਾਇਰ ਬ੍ਰਿਗੇਡ ਫਿਰੋਜ਼ਪੁਰ ਤੋਂ ਮੰਗਵਾਈ ਜਾਂਦੀ ਸੀ ਜਿਸ ਨੂੰ ਜ਼ੀਰਾ ਵਿਖੇ ਪਹੁੰਚਣ 'ਤੇ ਕਰੀਬ 1 ਘੰਟਾ ਲੱਗ ਜਾਂਦਾ ਸੀ ਅਤੇ ਫਾਇਰ ਬ੍ਰਿਗੇਡ ਦੇ ਜ਼ੀਰਾ ਪਹੁੰਚਣ ਤੱਕ ਅੱਗ ਨਾਲ ਕਾਫ਼ੀ ਮਾਲੀ ਨੁਕਸਾਨ ਹੋ ਜਾਂਦਾ ਸੀ। ਰਾਹੁਲ ਗਾਂਧੀ ਜੀ, ਕੈਪਟਨ ਅਮਰਿੰਦਰ ਸਿੰਘ ਜੀ, ਨਵਜੋਤ ਸਿੰਘ ਜੀ ਸਿੱਧੂ ਜੋ ਮੰਤਰੀ ਨੇ, ਉਹਨਾਂ ਦਾ ਬਹੁਤ ਬਹੁਤ ਧੰਨਵਾਦ ਕਰਦਾ ਕਿ ਉਹ ਵਾਅਦਾ ਸਾਡੇ ਨਾਲ ਕਰਕੇ ਗਏ ਸੀ, ਉਹਨਾਂ ਪੂਰਾ ਕੀਤਾ। ਔਰ ਇਹ ਫਾਇਰ ਬ੍ਰਿਗੇਡ ਜਿਹੜੀ ਹੈ ਉਹ ਅੱਜ ਜ਼ੀਰਾ ਇਲਾਕਾ ਦੀ ਬੜੀ ਪੁਰਾਣੀ ਡਿਮਾਂਡ ਸੀ, ਅੱਜ ਉਹ ਪਰਮਾਤਮਾ ਦੀ ਕਿਰਪਾ ਨਾਲ, ਉਹਨਾਂ ਦੇ ਆਸ਼ੀਰਵਾਦ ਨਾਲ, ਬਾਬਾ ਜੀ ਹਰੀ ਸਿੰਘ ਜੀ ਖੜ੍ਹੇ ਨੇ, ਇਹਨਾਂ ਦੇ ਆਸ਼ੀਰਵਾਦ ਦੇ ਨਾਲ ਇਹ ਜਿਹੜੀ ਸਾਡੀ ਡਿਮਾਂਡ ਪੂਰੀ ਹੋਈ ਹੈ। ਸਾਡੇ ਜ਼ੀਰਾ ਦੇ ਵਿੱਚ ਫਾਇਰ ਗ੍ਰੇਡ ਗੱਡੀ ਆਈ ਹੈ। ਉਹ ਗੱਡੀ ਜ਼ੀਰਾ ਦੇ ਸਾਡੇ ਸਰਦਾਰ MLA ਨੌਜਵਾਨ ਕੁਲਵੀਰ ਸਿੰਘ ਜ਼ੀਰਾ ਔਰ ਉਹਨਾਂ ਦੇ ਪਿਤਾ ਜੀ ਇੰਦਰਜੀਤ ਸਿੰਘ ਜ਼ੀਰਾ ਦੇ ਸਦਕੇ ਇਹ ਜਿਹੜੀ ਹੈ ਫਾਇਰ ਗ੍ਰੇਡ ਗੱਡੀ ਆਈ ਹੈ। ਇਹ ਗੱਡੀ ਆਉਣ ਨਾਲ ਜ਼ੀਰੇ ਦੀਆਂ ਜਦੋਂ ਵੀ ਕੋਈ ਦੁਰਘਟਨਾ ਹੁੰਦੀ ਸਾਨੂੰ ਫਿਰੋਜ਼ਪੁਰ ਤੋਂ ਮੰਗਵਾਉਣੀ ਪੈਂਦੀ ਸੀ ਗੱਡੀ। ਇਹ ਬੜੇ ਚਿਰ ਦੀ ਹੈਗੀ ਸੀ ਮੰਗ ਜ਼ੀਰਾ ਦੀ, ਜੋ ਇਹਨਾਂ ਨੇ ਪੂਰੀ ਕੀਤੀ ਹੈ। ਜ਼ੀਰਾ ਤੋਂ ਸਤੀਸ਼ ਵਿਜ ਦੀ ਰਿਪੋਰਟ, ਚੈਨਲ 2।